ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਸਬਜੈਕਟ ਡਿਸਕਸ ਕਰਾਂਗੇ ਤੇ ਇੱਕ ਬਹੁਤ ਹੀ ਇੰਪੋਰਟੈਂਟ ਸ਼ਖਸੀਅਤ ਸਾਡੇ ਨਾਲ ਮੌਜੂਦ ਨੇ ਰਿਫਿਊਜ਼ਲ ਰੀਸੈਂਟਲੀ ਕੈਨੇਡਾ ਤੋਂ ਜਿਹੜੇ ਰਿਫਿਊਜ਼ਲ ਆਏ ਉਹ ਕਿਉਂ ਆਏ ਤੇ 2022 ਦੇ ਵਿੱਚ ਜੇ ਤੁਸੀਂ ਆਪਣੀ ਫਾਈਲ ਲਗਾਉਣਾ ਚਾਹੁੰਦੇ ਹੋ ਤੇ ਰਿਫਿਊਜ਼ਲ ਤੋਂ ਬਚਣ ਲਈ ਕੀ ਕੀ ਤੁਹਾਨੂੰ ਕਰਨਾ ਚਾਹੀਦਾ ਸਾਡੇ ਨਾਲ ਅੱਜ ਜਿਹੜੇ ਗੈਸਟ ਮੌਜੂਦ ਨੇ ਐਕਸਪਰਟ ਜਿਹੜੇ ਮੌਜੂਦ ਨੇ ਉਹ ਖੁਦ CIC ਦੇ ਮੈਂਬਰ ਨੇ ਸੋ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸੀਆਈਸੀ ਮੈਂਬਰ ਤੋਂ ਫਾਈਲ ਲਗਾਉਣ ਦੇ ਸਟੂਡੈਂਟ ਨੂੰ ਕੀ ਫਾਇਦੇ ਨੇ ਤੇ ਸੀਆਈਸੀ ਮੈਂਬਰ ਜਿਹੜੇ ਹੁੰਦੇ ਨੇ ਉਹਨਾਂ ਦਾ ਕਿਸ ਤਰੀਕੇ ਨਾਲ ਉਹ ਸੀਆਈਸੀ ਮੈਂਬਰ ਬਣਦੇ ਨੇ ਸਾਡੇ ਨਾਲ ਮੌਜੂਦ ਨੇ ਸਕਾਈ ਟੈਗ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਜਿੰਦਰ ਬੀਰ ਕੌਰ ਜੀ ਸਵਾਗਤ ਹੈ ਜੀ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਥੈਂਕ ਯੂ ਸਾਨੂੰ ਇਸ ਮੰਚ ਤੇ ਬੁਲਾਉਣ ਵਾਸਤੇ ਅਜਿੰਦਰ ਜੀ ਸੀਆਈਸੀ ਮੈਂਬਰ ਜਿਹੜੇ ਸਟੂਡੈਂਟਸ ਨੂੰ ਨਹੀਂ ਪਤਾ ਉਹਨਾਂ ਨੂੰ ਜਰਾ ਸਮਝਾਓ ਪਹਿਲਾਂ ਕੀ ਹੁੰਦੇ ਨੇ ਜੀ ਬਿਲਕੁਲ ਪਹਿਲਾਂ ਤਾਂ CICCS ਦੀ ਫੁੱਲ ਫਾਰਮ ਬਾਰੇ ਜਾਨਣਾ ਬੜਾ ਜ਼ਰੂਰੀ ਹੈ ਉਹ ਹੈਗਾ ਕਿ ਤੁਸੀਂ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਜਿਹੜਾ ਕਿ ਪਹਿਲਾਂ ICCRC ਹੁੰਦੇ ਸੀਗੇ ਹੁਣ ਲੇਟੈਸਟ ਤੁਸੀਂ ਦੇਖਿਆ ਹੋਣਾ ਕਿ 23 ਨਵੰਬਰ ਨੂੰ ਜਿਹੜਾ ICCRC ਮੈਂਬਰ ਸੀਗੇ ਉਹ ਚੇਂਜ ਹੋ ਕੇ CICCS ਮੈਂਬਰਸ ਹੋ ਚੁੱਕੇ ਨੇ ਸੋ ਇੱਕ CIC ਸੀ ਮੈਂਬਰ ਨੂੰ ਚੂਜ਼ ਕਰਨਾ ਕਿਉਂ ਜ਼ਰੂਰੀ ਆ ਬੜਾ ਇਕੁਏਸ਼ਨ ਦਿਮਾਗ ਦੇ ਵਿੱਚ ਉੱਠਦਾ ਐ ਐਕਚੁਅਲੀ ਅਗਰ ਤੁਸੀਂ ਕਿਸੇ ਵੀ ਤਰੀਕੇ ਦੀ ਇਮੀਗ੍ਰੇਸ਼ਨ ਰਿਲੇਟਿਡ ਜਾਂ ਸਿਟੀਜ਼ਨਸ਼ਿਪ ਰਿਲੇਟਿਡ ਐਡਵਾਈਸ ਲੈ ਰਹੇ ਹੋ ਤਾਂ ਤੁਹਾਡਾ ਲਾਇਸੈਂਸਡ ਹੋਣਾ ਬਹੁਤ ਜ਼ਰੂਰੀ ਆ ਹੁਣ ਇਹ ਜਿਹੜਾ ਲਾਇਸੈਂਸ ਦਾ ਕਨੇਡੀਅਨ ਗਵਰਨਮੈਂਟ ਵੱਲੋਂ ਸਿਰਫ ਤਿੰਨ ਜਣਿਆਂ ਨੂੰ ਹੀ ਪ੍ਰੋਵਾਈਡ ਕੀਤਾ ਗਿਆ ਆ ਇੱਕ ਤਾਂ ਉਥੋਂ ਦੇ ਕਨੇਡੀਅਨ ਲਾਇਰਸ ਹੋਗੇ ਨੋਟਰੀ ਕਿਊਬੈਕ ਹੋਗੇ ਤੇ ਇਹ ਜਿਹੜੇ RCICs ਨੇ ਲਾਈਕ ਮੀ ਰੈਗੂਲੇਟਿਡ ਕਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟਸ ਹੁਣ ਇਹਦੇ ਵਿੱਚ ਅ ਪਰਟੀਕੂਲਰ ਅਸੀਂ ਜਦੋਂ ਕਿਸੇ ਵੀ ਸਟੂਡੈਂਟ ਨੂੰ ਜਾਂ ਕਿਸੇ ਵੀ ਐਪਲੀਕੇਸ਼ਨ ਦੇ ਉੱਪਰ ਰਿਪਰੈਜੈਂਟੇਸ਼ਨ ਦਿੰਨੇ ਆ ਸੀ ਉਸ ਫਾਈਲ ਨੂੰ ਰਿਪਰੈਜੈਂਟ ਕਰਦੇ ਆ ਤਾਂ ਸਾਡਾ ਇੱਕ ਪਰਟੀਕੂਲਰ ਰਿਪਰੈਜੈਂਟੇਟਿਵ ਫਾਰਮ ਲੱਗਦਾ ਹੈ ਜਿਹਦੇ ਵਿੱਚ ਸਾਡੀ ਸਾਰੀ ਨੋਲਿਜ ਹੁੰਦੀ ਹੈ ਤੇ ਅਸੀਂ ਆਪਣੇ ਸਟੂਡੈਂਟ ਦੇ ਬਿਹਾਫ ਤੇ ਜਿਹੜੀ ਇਮੀਗ੍ਰੇਸ਼ਨ ਹੈ ਐਮਬੈਸੀ ਹੈ ਉਹਨਾਂ ਦੇ ਨਾਲ ਕਮਿਊਨੀਕੇਟ ਕਰਦੇ ਆ ਮਤਲਬ ਐਮਬੈਸੀ ਕੋਲ ਵੀ ਤੁਹਾਡਾ ਇੱਕ ਆਇਡੈਂਟੀਟੀ ਨੰਬਰ ਹੈ ਇੱਕ ਤਰੀਕੇ ਨਾਲ ਤੇ ਉਹ ਸਾਰੇ ਪ੍ਰੋਸੈਸ ਨੂੰ ਕੈਨੇਡਾ ਦੀ ਐਮਬੈਸੀ ਅਬਜ਼ਰਵ ਕਰ ਸਕਦੀ ਹੈ ਬਿਲਕੁਲ ਇਹ ਇੱਕ ਸੈਲਫ ਰੈਗੂਲੇਟਰੀ ਬਾਡੀ ਹੈ ਇਸ ਸੀਟੀ ਇਸਾਨੂੰ ਰੈਗੂਲੇਟ ਕਰਦੀ ਹੈ ਸਾਨੂੰ ਇਹ ਲਾਇਸੈਂਸ ਲੈਣ ਵਾਸਤੇ ਪਰਟੀਕੂਲਰ ਇੱਕ এডੂਕੇਸ਼ਨ ਦੇ थ्रू ਨਿਕਲਣਾ ਪੈਂਦਾ ਉਸ ਤੋਂ ਬਾਅਦ ਲੈਂਗੁਏਜ ਟੈਸਟ ਕਲੀਅਰ ਕਰਨਾ ਗਵਰਨਮੈਂਟ ਟੈਸਟ ਕਲੀਅਰ ਕਰਨਾ ਤੇ ਉਸ ਤੋਂ ਬਾਅਦ ਸਾਨੂੰ ਇਹ ਲਾਇਸੈਂਸ ਪ੍ਰੋਵਾਈਡ ਸੋ ਸਟੂਡੈਂਟਸ ਤੁਸੀਂ ਹਮੇਸ਼ਾ ਸੁਣਿਆ ਹੋਣਾ ਅਸੀਂ ਤੁਹਾਨੂੰ ਕਹਿੰਨੇ ਆ ਕਿ ਤੁਸੀਂ ਅਪਲਾਈ ਕਰਨ ਤੋਂ ਪਹਿਲਾਂ ਏਜੰਟ ਦੇਖ ਲਓ ਐਕਸਪੀਰੀਐਂਸਡ ਹੋਵੇ ਹੋ ਜੈਨੂਅਨ ਹੋਵੇ ਉਹਦੇ ਵਿੱਚ ਸੀਆਈਸੀਸੀ ਮੈਂਬਰ ਜੇ ਉਹ ਹੁੰਦਾ ਤਾਂ ਇੱਕ ਬਹੁਤ ਵੱਡੀ ਐਡਿਡ ਐਡਵਾਂਟੇਜ ਹੈ ਕਿਉਂਕਿ ਉਹ ਮੋਨੀਟਰਡ ਹੈ ਉਹਦੇ ਉੱਪਰ ਕੋਈ ਬੈਠਾ ਹੈ ਜਿਹੜਾ ਦੇਖ ਰਿਹਾ ਹੈ ਕਿ ਉਹ ਸਾਰੇ ਰੂਲਸ ਸਾਰੇ ਨੋਰਮਸ ਫੋਲੋ ਕਰ ਰਿਹਾ ਸੋ ਗੱਲ ਕਰਦੇ ਆ ਰਿਫਿਊਜ਼ਲ ਦੀ ਸੋ ਅਜਿੰਦਰ ਜੀ ਅਜਿੰਦਰਪੀਰ ਕੌਰ ਜੀ ਲਾਸਟ ਰਿਫਿਊਜ਼ਲ ਜਿਹੜੇ ਰੀਸੈਂਟਲੀ ਆਏ ਨੇ ਉਹਨਾਂ ਚ ਮੇਨ ਰੀਜ਼ਨ ਕੀ ਰਿਹਾ ਜੀ ਐਕਚੁਅਲੀ ਕਾਫੀ ਸਾਰੇ ਰੀਜਨਸ ਨੇ ਜਿਹੜੇ ਤਾਂ ਸਾਨੂੰ ਆਲਰੇਡੀ ਪਤਾ ਹੈ ਕਿ ਰਿਫਿਊਜ਼ਲਸ ਕਿਉਂ ਆ ਰਹੀਆਂ ਨੇ ਜਿਸ ਤਰ੍ਹਾਂ ਕਿ ਤੁਹਾਡੇ ਅਗਰ ਆਇਲਸ ਅਕੈਡੈਮਿਕਸ ਜਿਹੜੇ ਨੇ ਲੋ ਨੇ ਉਹਨਾਂ ਦੇ ਵਿੱਚ ਆਪਸ ਕੰਪੈਟੀਬਿਲਿਟੀ ਨਹੀਂ ਹੈਗੀ ਤੁਹਾਡੇ ਆਇਲਸ ਵੀ ਲੋ ਸੀ ਤੁਹਾਡੇ ਅਕੈਡੈਮਿਕਸ ਦੇ ਵਿੱਚ ਸਕੋਰਸ ਵੀ ਘੱਟ ਸੀਗੇ ਤੇ ਤੁਹਾਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ ਇੱਕ ਦੂਸਰਾ ਕਾਰਨ ਬਣ ਰਿਹਾ ਇਰੈਲੇਵੈਂਟ ਕੋਰਸ ਸਿਲੈਕਸ਼ਨ ਸੋ ਉਹ ਰਿਫਿਊਜ਼ਲ ਲੈ ਕੇ ਕਾਫੀ ਸਾਹਮਣੇ ਆਇਆ ਦੂਸਰਾ ਸੀ ਇਲੀਮੈਂਟ ਕੋਰਸ ਸਿਲੈਕਸ਼ਨ ਤੇ ਮੈਂ ਬਹੁਤ سارے ਵੀਡੀਓਜ਼ ਦੇਖੇ ਨੇ YouTube ਤੇ ਫਿਰ ਵੀ ਇਹ ਗਲਤੀ ਕਿਉਂ ਹੋ ਰਹੀ ਹੈ ਕਿ ਸਟੂਡੈਂਟ ਗਲਤੀ ਕਰਦਾ ਹੈ ਜਾਂ ਏਜੰਟ ਕਰਦਾ ਹੈ ਜਾਂ ਦੋਨੋਂ ਮਿਲ ਕੇ ਕਰਦੇ ਦੋ ਮੈਂ ਤਾਂ ਕਹੂੰਗੀ ਕਿ ਦੋਨੋਂ ਮਿਲ ਕੇ ਕਰਦੇ ਨੇ ਅਗਰ ਸਟੂਡੈਂਟਸ ਜਿਹੜਾ অথরাইਜ਼ਡ ਰਿਪਰੈਜ਼ੈਂਟੇਟਿਵ ਨੂੰ ਹਾਇਰ ਕਰ ਰਹੇ ਨੇ ਜਿਹੜਾ ਉਹਨਾਂ ਨੂੰ ਸਹੀ ਗਾਈਡ ਕਰ ਰਿਹਾ ਫਿਰ ਤਾਂ ਇਸ ਤਰ੍ਹਾਂ ਦੀ ਗਲਤੀ ਹੋਣ ਦੇ ਚਾਂਸਸ ਨਹੀਂ ਆ ਕਿਉਂਕਿ ਜਿਹੜਾ ਇੱਕ RCIC ਆ অথੋਰਾਈਜ਼ਡ ਰਿਪਰੈਜ਼ੈਂਟੇਟਿਵ ਆ ਉਹਨੂੰ ਓਵਰਆਲ ਇਮੀਗ੍ਰੇਸ਼ਨ ਦੀ ਨੋਲੇਜ ਹੁੰਦੀ ਆ ਉਹਨੂੰ ਪਤਾ ਆ ਕਿ ਉਸਨੇ ਕੋਰਸਸ ਦੀ ਰੈਲੇਵੈਂਸੀ ਕਿਸ ਤਰ੍ਹਾਂ ਸ਼ੋ ਕਰਨੀ ਆ ਪ੍ਰੀਵੀਅਸਲੀ ਬੱਚੇ ਕੋਲ ਕਿਹੜਾ ਕੋਰਸ ਸੀਗਾ ਤੇ ਉਹਨੇ ਨੈਕਸਟ ਕੀ ਲੈ ਥੋਡੇ ਕੋਲ ਮੈਡਮ ਰਿਫਿਊਜ਼ਡ ਕੇਸਸ ਵੀ ਆਉਂਦੇ ਹੋਣੇ ਆ ਤੁਸੀਂ ਉਹਨਾਂ ਤੋਂ ਪੁੱਛਦੇ ਹੋ ਵੀ ਤੁਸੀਂ ਇਹ ਇਰ ਰੈਲੇਵੈਂਟ ਕੋਰਸ ਕਿਉਂ ਲਿੱਤਾ ਤਾਂ ਸਟੂਡੈਂਟ ਕੀ ਕਹਿੰਦਾ ਕਿ ਉਹਦੀ ਜੈਂਸੀ ਆ ਏਜੈਂਟ ਨੇ ਦਵਾਤਾ ਜ਼ਿਆਦਾਤਰ ਤਾਂ ਇਹ ਹੀ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਤੁਸੀਂ ਕਿਸੇ ਏਜੰਟ ਕੋਲ ਜਾਂਦੇ ਹੋ ਉਹਨਾਂ ਦੇ ਕੋਲ ਜਿਹੜੇ ਵੀ ਕੋਰਸਸ ਅਵੇਲੇਬਲ ਹੁੰਦੇ ਨੇ ਕਾਲਜੇਸ ਦੇ ਵਿੱਚ ਉਹ ਰਾਈਟ ਵੇ ਤੁਹਾਨੂੰ ਲੈ ਕੇ ਦੇ ਦਿੰਦੇ ਨੇ ਸੋ ਇਹ ਵੀ ਹੁੰਦਾ ਕਿ ਟਾਈਅਪਸ ਦਾ ਵੀ ਕੁਝ ਹੁੰਦਾ ਕਿ ਜਿਹਦੇ ਜਿੱਦਾਂ ਦੇ ਕਾਲਜੇਸ ਨਾਲ ਟਾਈਅਪ ਆ ਉਹਦਾਂ ਦਾ ਰეკਮੈਂਡ ਕਰ ਦਿੰਦੇ ਨੇ ਬਿਲਕੁਲ ਬਿਲਕੁਲ ਸਹੀ ਟਾਪਿਕ ਤੁਸੀਂ ਸ਼ੇਅਰ ਆ ਕਿਉਂਕਿ ਕਈ ਵਾਰੀ ਕੀ ਹੁੰਦਾ ਤੁਹਾਡੇ ਡਾਇਰੈਕਟ ਟਾਈਅਪਸ ਹੁੰਦੇ ਨੇ ਕਈ ਕਾਲਜੇਸ ਦੇ ਨਾਲ ਤੁਹਾਨੂੰ ਉਹਨਾਂ ਤੋਂ ਕਮਿਸ਼ਨ ਜ਼ਿਆਦਾ ਮਿਲਦੀ ਹੈ ਜਿਹਦੇ ਕਰਕੇ ਜਿਹੜੇ ਏਜੰਟਸ ਨੇ ਉਹ ਉਹਨਾਂ ਕਾਲਜੇਸ ਦੇ ਵਿੱਚ ਜਿਹੜੇ ਵੀ ਕੋਰਸਸ ਉਸ ਟਾਈਮ ਤੇ ਅ ਸੋ ਮੈਟਰ ਫॉर देम ਉਹ ਉਹਨਾਂ ਨੂੰ ਉਹਦੇ ਵਿੱਚ ਐਡਮਿਸ਼ਨ ਲੈ ਦਿੰਦੇ ਨੇ ਹੁਣ ਸਟੂਡੈਂਟਸ ਨੂੰ ਨਹੀਂ ਪਤਾ ਕਿ ਅੰਦਰ ਕੀ ਚੱਲ ਰਿਹਾ ਹੈ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਜਿਹੜੇ ਏਜੰਟਸ ਆ ਇਸ ਚੀਜ਼ ਤੋਂ ਫਾਇਦਾ ਖਾਟ ਰਹੇ ਆ ਬਟ ਉਹਨਾਂ ਨੂੰ ਅਵੇਅਰ ਸਟੂਡੈਂਟਸ ਨੂੰ ਅਵੇਅਰ ਹੋਣਾ ਚਾਹੀਦਾ ਹੈ ਇੱਥੇ ਵੀ ਉਹ ਐਜੂਕੇਸ਼ਨ ਲੈ ਰਹੇ ਆ ਅੱਗੇ ਜਾ ਕੇ ਵੀ ਉਹਨਾਂ ਨੇ ਕੈਨੇਡਾ ਦੇ ਵਿੱਚ ਸੈਟਲ ਹੋਣਾ ਹੈ ਸੋ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਕੋਰਸ ਰੈਲੇਵੈਂਟ ਹੈ ਜਾਂ ਨਹੀਂ ਤੇ ਲਾਸਟ ਤੇ ਮੈਂ ਇੱਕ ਚੀਜ਼ ਸਮਝਣੀ ਚਾਹੂੰਗਾ ਮੋਸਟਲੀ ਜਾਂਦੇ ਆ ਜਿਹੜੇ ਪਲੱਸ 2 ਵਾਲੇ ਸਟੂਡੈਂਟ ਹੁੰਦੇ ਆ ਕਿ ਉਹ ਅਵੇਅਰ ਇਨਫ ਹੁੰਦੇ ਆ ਜੱਜ ਕਰਨ ਵਾਸਤੇ ਕਿ ਜਿਹੜਾ ਕੋਰਸ ਉਹ ਲੈ ਰਹੇ ਆ ਉਦੇ ਵਿੱਚ ਇਰ ਰੈਲੇਵੈਂਸੀ ਤਾਂ ਨਹੀਂ ਜਾਂ ਕਈ ਵਾਰ ਗਲਤੀ ਐਕਚੁਅਲੀ ਲੱਗਣ ਦਾ ਚਾਂਸ ਹੁੰਦਾ ਕੋਰਸਿਸ ਕੁਛ ਐਹ ਜਿਹੇ ਹੁੰਦੇ ਆ ਹਮ ਹ ਜੀ ਬਿਲਕੁਲ ਹੁਣ ਜਿਸ ਤਰ੍ਹਾਂ ਅਸੀਂ ਮੈਡੀਕਲ ਨਾਨ ਮੈਡੀਕਲ ਦੀ ਗੱਲ ਕਰ ਲਈਏ ਹੁਣ ਕਾਫੀ ਸਾਰੇ ਕੋਰਸਿਸ ਨੇ ਉਹਨਾਂ ਦੇ ਵਿੱਚ ਕਿ ਤੁਹਾਨੂੰ ਅਗਰ ਬਰੀਕੀ ਨਾਲ ਨਹੀਂ ਪਤਾ ਕਈਆਂ ਦੇ ਵਿੱਚ ਮੈਥ ਦੀ ਰਿਕੁਆਇਰਮੈਂਟ ਹੁੰਦੀ ਹੈ ਕਈਆਂ ਦੇ ਵਿੱਚ ਨਹੀਂ ਹੁੰਦੀ ਅਗਰ ਤੁਹਾਨੂੰ ਇਥੋਂ ਦੇ ਵੀ ਓਵਰਆਲ ਸਬਜੈਕਟਸ ਦੀ ਨੌਲੇਜ ਆ ਕੋਰਸਸ ਦੀ ਨੌਲੇਜ ਆ ਕੈਨੇਡਾ ਦੇ ਵੀ ਨੌਲੇਜ ਆ ਤਾਂ ਹੀ ਤੁਸੀਂ ਉਸ ਦੇ ਵਿੱਚ ਕੰਪੈਟੀਬਿਲਿਟੀ ਬਿਠਾ ਸਕਦੇ ਹੋ ਸੋ ਮਤਲਬ ਜ਼ਰੂਰਤ ਹੈ ਸਟੂਡੈਂਟ ਨੂੰ ਇੱਕ ਐਕਸਪਰਟ ਕੰਸਲਟੈਂਟ ਦੀ ਨਹੀਂ ਤਾਂ ਸਟੂਡੈਂਟ ਨੂੰ ਗਲਤੀ ਲੱਗ ਸਕਦੀ ਹੈ ਬਿਲਕੁਲ ਲੱਗ ਸਕਦੀ ਹੈ ਹਾਂਜੀ ਕਿਉਂਕਿ ਏਜੰਟਸ ਦਾ ਕੰਮ ਹੈ ਐਡਮਿਸ਼ਨ ਲੈ ਕੇ ਦੇਣਾ ਬਟ ਅਵੇਅਰਨੈਸ ਕਿਨਾਂ ਨੂੰ ਹੋਣੀ ਚਾਹੀਦੀ ਹੈ ਸਟੂਡੈਂਟਸ ਨੂੰ ਕਿਉਂਕਿ ਤੁਸੀਂ ਆਪਣਾ ਪੈਸਾ ਤੇ ਟਾਈਮ ਲਗਾ ਰਹੇ ਹੋ ਸੋ ਤੁਸੀਂ ਉਸ ਨੂੰ ਸੇਵ ਕਰਨਾ ਸੋ ਸਟੂਡੈਂਟਸ ਬਹੁਤ ਇੰਪੋਰਟੈਂਟ ਹੈ ਜੇ ਕੋਰਸ ਇਰੈਲੇਵੈਂਸੀ ਕਰਕੇ ਤੁਹਾਨੂੰ ਰਿਜੈਕਸ਼ਨ ਮਿਲਦੀ ਹੈ ਤਾਂ ਇਹ ਅਵੋਇਡੇਬਲ ਕੈਟਾਗਰੀ ਦੇ ਵਿੱਚ ਆਂਦਾ ਹੈ ਤੇ ਮੈਨੂੰ ਬੜਾ ਦੁੱਖ ਹੁੰਦਾ ਕਿਉਂਕਿ ਮੈਨੂੰ ਪਤਾ ਇੱਕ ਰਿਜੈਕਸ਼ਨ ਤੋਂ ਬਾਅਦ ਕਿੰਨਾ ਕੁਝ ਇੱਕ ਸਟੂਡੈਂਟ ਨੂੰ ਭੁਗਤਣਾ ਪੈਂਦਾ ਕਿੰਨਾ ਟਾਈਮ ਉਹ ਪਿੱਛੇ ਪਹੁੰਚ ਜਾਂਦਾ ਸੋ ਮੈਂ ਜ਼ਰੂਰ ਕਹੂੰਗਾ ਕਿ ਫਾਈਲ ਲਗਾਉਣ ਤੋਂ ਪਹਿਲਾਂ ਇਹ ਸਾਰੇ ਫੈਕਟਰ ਤੁਸੀਂ ਜ਼ਰੂਰ ਚੈੱਕ ਕਰ ਲਓ ਤੁਸੀਂ ਅਜਿੰਦਰਬੀਰ ਜੀ ਨੂੰ ਕਾਲ ਕਰ ਸਕਦੇ ਹੋ ਫਾਈਲ ਲਗਾਉਣ ਤੋਂ ਪਹਿਲਾਂ ਆਪਣੀ ਰੈਲੇਵੈਂਸੀ ਜਾਂ ਪ੍ਰੋਫਾਈਲ ਦੇ ਰਿਗਾਰਡਿੰਗ ਤੁਹਾਡੇ ਦਿਮਾਗ ਦੇ ਵਿੱਚ ਕੋਈ ਡਾਊਟ ਹੈ ਤਾਂ ਇਹਨਾਂ ਤੋਂ ਤੁਸੀਂ ਆਪਣੇ ਪ੍ਰੋਫਾਈਲ ਦੇ ਰਿਗਾਰਡਿੰਗ ਸਲਾਹ ਵੀ ਲੈ ਸਕਦੇ ਹੋ 9504197041 ਤੇ ਕਾਲ ਕਰ ਸਕਦੇ ਹੋ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਮਚ